ਸਾਤ ਸ੍ਰੀ ਅਕਾਲ ਚੈਨਲ ਪੰਜਾਬੀ ਸਟੇਸ਼ਨ ਤੁਸੀਂ ਦੇਖ ਰਹੇ ਹੋ ਤੇ ਗੱਲ ਕਰਾਂਗੇ ਫਿਲਮ ਇੰਡਸਟਰੀ ਦੇ ਬਾਰੇ ਪੰਜਾਬੀ ਫਿਲਮ ਇੰਡਸਟਰੀ ਦੇ ਵੱਲੋਂ ਕਈ ਨਵੇਂ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਨਵੇਂ-ਨਵੇਂ ਕਨਸੈਪਟ ਤੇ ਫਿਲਮਾਂ ਬਣਾਈਆਂ ਜਾ ਰਹੀਆਂ ਤੇ ਆਏ ਦਿਨ ਕਿਸੇ ਨਾ ਕਿਸੇ ਨਵੀਂ ਫਿਲਮ ਦੇ ਬਾਰੇ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਤੇ ਅੱਜ ਮੋੜ ਤੋਂ ਇੱਕ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਜਿਸ ਦਾ ਨਾਮ ਹੈ ਸ਼ੁਕਰਾਨਾ ਇਸ ਫਿਲਮ ਦਾ ਜੋ ਪੋਸਟਰ ਹੈ ਉਹ ਸੋਸ਼ਲ ਮੀਡੀਆ ਤੇ ਦਰਸ਼ਕਾਂ ਦੇ ਨਾਲ ਟੀਮ ਦੇ ਵੱਲੋਂ ਸਾਂਝਾ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤੇ ਜਾਣਗੇ ਨੀਰੂ ਬਾਜਵਾ ਜਸ ਬਾਜਵਾ ਅਤੇ ਅਮਰਤਮਾਨ ਦੇ ਵੱਲੋਂ ਨੀਰੂ ਬਾਜਵਾ ਤੇ ਜਸ ਬਾਜਵਾ ਨੂੰ ਚੱਲ ਜਿੰਦੀ ਹੈ ਫਿਲਮ ਦੇ ਵਿੱਚ ਇਕੱਠੇ ਕੰਮ ਕਰਦੇ ਹੋਏ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ ਜਸ ਬਾਜਵਾ ਦੀ ਬਾਖਮਾਲ ਅਦਾਕਾਰੀ ਉਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੀ ਸੀ ਤੇ ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਅਤੇ ਜਸ ਬਾਜਵਾ ਦੇ ਨਾਲ ਨਜ਼ਰ ਆਉਣਗੇ ਅਮਰ ਮਾਨਸੋ ਨੀਰੂ ਬਾਜਵਾਦੀ ਅਗਰ ਗੱਲ ਕਰੀਏ ਤਾਂ ਪੰਜਾਬੀ ਦਿਲਾਂ ਦੀ ਧੜਕਨ ਹੈ کافی ਜ਼ਿਆਦਾ ਪਿਆਰ ਉਹਨਾਂ ਨੂੰ ਦਰਸ਼ਕਾਂ ਦੇ ਵੱਲੋਂ ਅਕਸਰ ਦਿੱਤਾ ਜਾਂਦਾ ਹੈ ਉਹਨਾਂ ਦੀ ਬਾਕਮਾਲ ਅਦਾਕਾਰੀ ਦਰਸ਼ਕਾਂ ਦੇ ਵੱਲੋਂ کافی ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਹਰ ਕਿਰਦਾਰ ਦੇ ਵਿੱਚ ਉਹ ਫਿੱਟ ਬੈਠਦੇ ਆ ਫਿਰ ਚਾਹੀਓ ਕਾਮੇਡੀ ਹੋਵੇ ਜਾਂ ਫਿਰ ਕੋਈ ਇਮੋਸ਼ਨਲ ਕਿਰਦਾਰ ਹੋਵੇ ਕਿਉਂਕਿ ਕਲੀ ਜੋਟਾ ਅਤੇ ਸ਼ਾਇਰ ਫਿਲਮ ਦੇ ਵਿੱਚ ਉਹਨਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ ਹੈ ਜਿੱਥੇ کافی ਜ਼ਿਆਦਾ ਇਮੋਸ਼ਨਲ ਉਹਨਾਂ ਦੇ ਵੱਲੋਂ ਦਰਸ਼ਕਾਂ ਨੂੰ ਕਰ ਦਿੱਤਾ ਗਿਆ ਸੀ ਸੋ ਉਨ੍ਹਾਂ ਦੀ ਅਦਾਕਾਰੀ ਤੇ ਬਿਲਕੁਲ ਵੀ ਸਵਾਲ ਨਹੀਂ ਚੁੱਕਿਆ ਜਾ ਸਕਦਾ ਸੋ ਇਸ ਫਿਲਮ ਦੇ ਵਿੱਚ ਇਹਨਾਂ ਤਿੰਨਾਂ ਦੀ ਜੋੜੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ ਸੋ ਦੇਖਣਾ ਹੋਵੇਗਾ ਕਿ ਇਹਨਾਂ ਤਿੰਨਾਂ ਨੂੰ ਦਰਸ਼ਕਾਂ ਦੇ ਵੱਲੋਂ ਕਿੰਨਾ ਪਿਆਰ ਦਿੱਤਾ ਜਾਵੇਗਾ ਇਸ ਫਿਲਮ ਦੀ ਅਗਰ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਸਿਮਰਜੀਤ ਸਿੰਘ ਦੇ ਵੱਲੋਂ ਤੇ ਇਸ ਦੀ ਕਹਾਣੀ ਨੂੰ ਲਿਖਿਆ ਗਿਆ ਜਗਦੀਪ ਬੜਿੰਗ ਦੇ ਵੱਲੋਂ ਉਹੀ ਜਗਦੀਪ ਬੜਿੰਗ ਜਿਨ੍ਹਾਂ ਦੇ ਵੱਲੋਂ ਸ਼ਾਇਰ ਫਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਸੀ ਤੇ ਉਸ ਫਿਲਮ ਦੇ ਵਿੱਚ ਵੀ ਨੀਰੂ ਬਾਜਵਾ ਦੇ ਵੱਲੋਂ ਕੰਮ ਕੀਤਾ ਗਿਆ ਸੀ ਅਤੇ ਉਸ ਫਿਲਮ ਦੀ ਕਹਾਣੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਕਾਫੀ ਜ਼ਿਆਦਾ ਪਿਆਰ ਦਿੱਤਾ ਗਿਆ ਤੇ ਉਧਰ ਪੋਸਟਰ ਦੇ ਨਾਲ ਨਾਲ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ 23 ਅਗਸਤ 2024 ਨੂੰ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਵਿਲੇਜਰ ਫਿਲਮ ਸਟੂਡੀਓ ਅਤੇ ਨਿਊ ਇਰਾ 모ਸ਼ਨ ਪਿਕਚਰਸ ਦੇ ਵੱਲੋਂ ਅਤੇ ਨਾਲ ਹੀ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਵੱਲੋਂ ਤਾਂ ਦੱਸ ਦਿੰਦਿਆਂ ਕਿ 23 ਅਗਸਤ 2024 ਯਾਨੀ ਕਿ ਇਸ ਸਾਲ ਇਹ ਫਿਲਮ ਸਿਨੇਮਾ ਕਰਾਂ ਦੇ ਵਿੱਚ ਹੋਵੇਗੀ ਸੋ ਦੇਖਣਾ ਹੋਵੇਗਾ ਕਿ ਇਸ ਫਿਲਮ ਨੂੰ ਦਰਸ਼ਕਾਂ ਦੇ ਵੱਲੋਂ ਕਿੰਨਾ ਜ਼ਿਆਦਾ ਪਿਆਰ ਦਿੱਤਾ ਜਾਵੇਗਾ ਜਿਸ ਤਰੀਕੇ ਦੇ ਨਾਲ ਨੀਰੂ ਬਾਜਵਾ ਵਾਦੀਆਂ ਫਿਲਮਾਂ ਨੂੰ ਪਹਿਲਾਂ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਉਹਨਾਂ ਦੀ ਅਦਾਕਾਰੀ ਨੂੰ ਪਿਆਰ ਦਿੱਤਾ ਜਾਂਦਾ ਹੈ ਇਹ ਫਿਲਮ ਉਸੇ ਤਰੀਕੇ ਦੇ ਨਾਲ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰ ਪਾਵੇਗੀ ਜਾਂ ਨਹੀਂ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਫਿਲਹਾਲ ਟੀਮ ਦੇ ਵੱਲੋਂ ਇਸ ਫਿਲਮ ਦਾ ਟਾਈਟਲ ਸ਼ੁਕਰਾਨਾ ਅਤੇ ਇਸ ਫਿਲਮ ਦੀ ਰਿਲੀਜ਼ਿੰਗ ਡੇਟ 23 ਅਗਸਤ 2024 ਐਲਾਨ ਕਰ ਦਿੱਤੀ ਹੈ